राग पिता प्रभु मेरे मोहे निर्गुण सब गुण तेरे पंच बखादी एक बिरीवा रखो रखण हारे खेद करे बहुत संतावे आयो शरण तुहारे कर कर हर अनक बपाती सोडे कतू नाई एक बात सुनता की उठा साध संगत मिट जाई कर कृपा संत मिलो मोहे तिनते तीरज पाया संति मंत दियो मोहे निरपो गुरु का शब्द कमाया जीत लिए मां मुखादी सहज से ली बाणी को नानक मन पया परवासा पाया पद निरवाणी रख पिता प्रभु मेरे जी मोहे निर्गुण सब गुण रख पिता प्रभु मेरे मोहे निर्गुण सब गुण तेरे पुत नाम ने सहता तेरी करनी इतना कोई मात पुत नाम ने सहता तेरी करनी तेरा कोई मात पिता जे मात पिता सुतमीत न पाई मन हुआ नाम तेरे संग सहाय जितनी भी कोई वस्तु जिहदा दायरा दूर तक होवे इक तां हुंदा है कोई कमजोर बंदा आपदे घर तक सीमित हुंदा है जां आपदे पिंड तक सीमित हुंदा है जां आपदे इलाके तक उहदी चलदी हुंदी है हुंदा है कोई राजा सारे राज ते उहदा कब्जा हुंदा है उह उहनूं ज्यादा ताकतवर हुंदा है जिहड़ा उहदे नाल मिल के चलदा है उहदी छानी भरदा है जिथे तक राजे दा राज हुंदा है उत्थे तक उहदी मदद कर दिंदा है उह वाहिगुरु तमाम राजां दा राजा खंडा ब्रह्मंडा तक उह तों बिना थां कोई नहीं है जिहड़ा उहदी मदद चाहुंदा है उहदे सारे थां ते ही उह मदद करदा है उहदी सारे हुकूमत है परमेश्वर सारे परिपूर्ण है परमेश्वर का नाम जपण वाला परमेश्वर तो सारे थां ते मदद ले लैंदा कोई कथा नहीं सारे थावां ते वाहिगुरु सारे परिपूर्ण है वो ऐवें नहीं भी उन्हों सुनेह देने पैणगे जां कोई बंदा भेजना पवेगा मेरी मदद कर वो अपने आप ही करते उन्हों कहन की लोड़ नहीं इक्को दे नाल बनाउण दी लोड है उहदा नाम जपण दी लोड है जिहड़ा उहदा नाम जपदा है उहदी हर तां उह परमेश्वर मदद करदा है गुरु अर्जन देव महाराज जी पंचम पातशाह श्री अमृतसर साहब जोत जगाउंदे हन बेअंत गुरसिख गुरु जी दे चरणां ते डिग के गुरु जी तों उपदेश लैंदे हन गुरु जी नाल संबंध ओ परमेश्वर नाल संबंध उपदेश नाम नूं कहिंदे ने जिहड़ा नाम जपने इहनूं उपदेश कहिंदे ने इह उपदेश लैण दे नाल ओ परमेश्वर नाल इहदा रिश्ता हो जांदा है उहदा बण जांदा है इह ओ इहदा राखा बण जांदा है वाहिगुरु उपदेश लैंदे ने जिवें जिवें शौक हुंदा है और श्रद्धा हुंदी है तीसरा प्रेम हुंदा है ਤਿੰਨਾਂ ਅਸੂਲਾਂ ਦੇ ਨਾਲ ਇਹ ਜ਼ਿਆਦਾ ਲਾਹਾ ਕੱਢਦਾ ਹੁੰਦਾ ਗੁਰੂ ਗੁਰੂ ਤੋਂ ਸਿੱਖ ਉਹ ਪਰਮੇਸ਼ੁਰ ਤੋਂ ਸਿੱਖ ਪਰਮੇਸ਼ੁਰ ਔਰ ਗੁਰੂ ਦੇ ਵਿੱਚ ਗੁਰਬਾਣੀ ਦੁਆਰਾ ਗੁਰੂ ਜੀ ਫਰਮਾਨ ਕਹਿੰਦੇ ਨੇ ਰਿੰਚਕ ਮਾਤਰ ਵੀ ਫਰਕ ਨਹੀਂ ਹੈ ਗੁਰੂ ਗੋਬਿੰਦ ਗੁਰੂ ਹੈ ਨਾਨਕ ਭੇਜ ਨਾ ਪਾਈ ਜੀ ਗੁਰੂ ਗੋਬਿੰਦ ਗੁਰੂ ਹੈ ਨਾਨਕ ਭੇਜ ਨਾ ਪਾਈ ਜੀ ਜਿਹਨੂੰ ਵਿਸ਼ਵਾਸ ਹੁੰਦਾ ਹੈ ਉਹ ਪਾਣੀ 'ਤੇ ਵਿਸ਼ਵਾਸ ਰੱਖਦਾ ਹੁੰਦਾ ਉਹ ਲਹਿਰਾਂ ਝੱਗ 'ਤੇ ਨਹੀਂ ਵਿਸ਼ਵਾਸ ਰੱਖਦਾ ਪਾਣੀ ਸਦੀਮੀ ਹੈ ਜਿਹੜੀਆਂ ਲਹਿਰਾਂ ਨੇ ਝੱਗ ਵਧੇ ਉਹ ਸਿਰ ਮਾਤਰ ਹੁੰਦੇ ਨੇ ਥੋੜ੍ਹੇ ਸਿਰ ਮਾਤਰ ਹੁੰਦੇ ਨੇ
ਉਹ ਚੀਜ਼ 'ਤੇ ਵਿਸ਼ਵਾਸ ਹੁੰਦਾ ਹੈ ਜਿਹੜਾ ਜ਼ਿਆਦਾ ਹੁੰਦਾ ਸਰੀਰ ਮੇਂ ਹੁੰਦਾ। ਇਸ ਤਰ੍ਹਾਂ ਉਹ ਇਸੇ ਤਰ੍ਹਾਂ ਹੀ ਉਹ ਨਿਰੰਕਾਰ ਵਾਹਿਗੁਰੂ ਸਾਰੇ ਪਰਿਪੂਰਨ ਹੈ। ਜਿਤਨੀ ਵੀ ਉਤਪਤੀ ਹੈ, ਜਿਤਨਾ ਕੁਝ ਦਿਸਦਾ ਹੈ, ਉਹਦੇ ਅੰਦਰ ਬਾਹਰ ਉਹ ਆਇਆ, ਜਿਵੇਂ ਪਾਣੀਆਂ ਝੱਗਾਂ ਦੇ ਵਿੱਚ ਪੁਦਵਿਆਂ 'ਚ ਪਾਣੀ ਪਾਣੀ ਹੁੰਦਾ ਹੈ। ਇਸ ਤਰ੍ਹਾਂ ਜਦ ਇਹ ਹਿਰਦੇ ਦੇ ਵਿੱਚੋਂ ਗੱਠ ਫੁੱਟ ਜਾਵੇ ਵੀ ਗੁਰੂ ਸਰਗੁਣ ਹੈ ਔਰ ਨਿਰਗੁਣ ਵਾਹਿਗੁਰੂ ਨਿਰਾਕਾਰ ਹੈ, ਜਦ ਇਹ ਸਰਗੁਣ ਦੀ ਅੰਦਰੋਂ ਗੱਠ ਫੁੱਟ ਜਾਵੇ ਫਿਰ ਦੋਨੇ ਇੱਕ ਹੋ ਜਾਂਦੇ ਨੇ। ਜਿਵੇਂ ਨਿਗਾਹ ਆਈ ਤੋਂ ਵੀ ਉਹ ਪਾਣੀ ਹੈ, ਵੀ ਉਹ ਬੁੱਧ ਬੁੱਧੇ ਵੀ ਪਾਣੀ ਹੈ, ਪਾਣੀ ਵੀ ਪਾਣੀ ਹੈ। ਵਿਸ਼ਵਾਸ ਆ ਜਾਂਦਾ ਵੀ ਨਾ ਬੁੱਧ ਬੁੱਧਾ ਅਲੱਗ ਹੈ ਨਾ ਪਾਣੀ ਅਲੱਗ ਹੈ। ਇਸ ਤਰ੍ਹਾਂ ਫਿਰ ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਸਰਗੁਣ ਦੀ ਭਾਵਨਾ ਵਾਲੇ ਨੂੰ ਜਨਮ ਜਨਮ ਹੈ, ਨਿਰਗੁਣ ਦੀ ਭਾਵਨਾ ਵਾਲੇ ਨੂੰ ਮੁਕਤੀ ਹੈ। ਸਰਗੁਣ ਸਰੂਪ ਨੂੰ ਕਹਿੰਦੇ ਨੇ, ਜਿਹੜਾ ਸਰੂਪ 'ਤੇ ਵਿਸ਼ਵਾਸ ਰੱਖਦਾ ਗੁਰੂ ਦੇ, ਉਹਨੂੰ ਜਨਮ ਮਨ ਆਈ ਜਾਂਦਾ, ਕਰੀ ਜਾਓ ਭਗਤੀ, ਉਹ ਕੋਈ ਤਕਲੀਫ ਨਹੀਂ ਹੈ, ਉਹਨੂੰ ਜਨਮ ਮਿਲੀ ਜਾਣਗੇ। ਮੁਕਤੀ ਉਦੋਂ ਹੁੰਦੀ ਹੈ ਜਦ ਨਿਰਾਕਾਰ ਦੇ ਵਿੱਚ ਮਨ ਬਿਰਤੀ ਚਲੀ ਜਾਂਦੀ ਹੈ। ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਆਪਦੇ ਸਹੁਰੇ ਜਾਂਦੇ, ਅਜਿਤਾ ਰੰਧਾਵਾ ਉਹਨਾਂ ਦਾ ਸੇਵਕ ਸੀ ਗੁਰੂ ਜੀ ਦਾ, ਉਹਨਾਂ ਕੋਲ ਰਹਿੰਦੇ ਵਾਰਖੂ 'ਤੇ। ਜਿੰਨੇ ਦਿਨ ਰਹਿਣਾ ਹੁੰਦਾ, ਇੱਕ ਦਿਨ ਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਉਹਨਾਂ ਨੇ ਅਰਜ਼ ਕੀਤੀ, ਮਹਾਰਾਜ ਇਹ ਜੰਮਨ ਮਨ ਦਾ ਚੱਕਰ ਕਰ ਮੁੱਕਦਾ ਹੈ, ਕਿਰਪਾ ਕਰਕੇ ਫੁਰਮਾਨ ਕਰੋ ਔਰ ਉਹ ਤਰੀਕਾ ਬਖਸ਼ੋ, ਉਹ ਸਮਰਥ ਬਖਸ਼ੋ ਜਿਹਦੇ ਨਾਲ ਇਹ ਜੰਮਨ ਮਨ ਤੋਂ ਰਹਿਤ ਹੋ ਜਾਈਏ। ਗੁਰੂ ਜੀ ਕਹਿਣ ਲੱਗੇ, ਅਜਿੱਤਿਆ ਭਾਈ, ਜਿਤਨੀ ਦੇਰ ਤੱਕ ਸਿੱਖ ਗੁਰੂ ਦੇ ਸਰੂਪ 'ਤੇ ਵਿਸ਼ਵਾਸ ਰੱਖ ਕੇ ਸਿਮਰਨ ਭਜਨ ਕਰਦਾ ਹੈ, ਗੁਰੂ ਦੇ ਸਰਗੁਣ ਸਰੂਪ ਨੂੰ ਪੂਜਦਾ ਹੈ, ਮੱਥੇ ਟੇਕਦਾ ਹੈ, ਦਰਸ਼ਨਾਂ ਦੀ ਲਾਲਸਾ ਲੱਗੀ ਰਹਿੰਦੀ ਹੈ, ਉਤਨੀ ਦੇਰ ਤੱਕ ਇਹਦਾ ਜਨਮ ਮਨ ਬਣਿਆ ਰਹੇਗਾ। ਕਿਉਂ? ਉਹ ਸਰਗੁਣ ਹੈ, ਆਕਾਰ ਹੈ, ਆਕਾਰ ਵਾਲੇ ਨੂੰ ਆਕਾਰ ਮਿਲਦਾ ਹੁੰਦਾ। ਜਦ ਮਨਵਿਰਤੀ ਨਿਰਾਕਾਰ 'ਚ ਚਲੀ ਜਾਏਗੀ ਸਿੱਖ ਦੀ ਭਜਨ ਕਰਦੇ ਕਰਦੇ ਦੀ, ਫਿਰ ਇਹ ਮੁਕਤ ਹੋ ਜਾਏਗਾ। ਗੁਰੂ ਕਲਗੀਧਰ ਮਹਾਰਾਜ ਜੀ ਨੂੰ ਸੰਗਤਾਂ ਨੇ ਅਰਜ਼ ਕੀਤੀ, ਅਨੰਦਪੁਰ ਸਾਹਿਬ ਦਸ਼ਮੇਸ਼ ਜੀ ਨੂੰ, ਮਹਾਰਾਜ ਸਿੱਖ ਬਾਜ ਅਤੇ ਗੁਰੂ ਦਾ ਸਰੂਪ, ਇੱਦੋਂ ਵੱਡਾ ਹੋਰ ਕੋਈ ਸਰੂਪ ਨਹੀਂ ਹੈ, ਜਿਹੜੇ ਸਰੂਪ ਦੇ ਨਾਲ ਇਹਦੀ ਜਾਨ ਬਚੀ ਰਹਿੰਦੀ ਹੈ, ਇਹਦੇ ਮਨ ਨੂੰ ਸ਼ਾਂਤੀ ਹੁੰਦੀ ਹੈ, ਦਰਸ਼ਨ ਕਰਕੇ ਇਹਦਾ ਜੀਵਨ ਖੇੜੇ 'ਚ ਆ ਜਾਂਦਾ ਗੁਰੂ ਜੀ ਦਾ ਦਰਸ਼ਨ ਕਰਕੇ, ਉਹਨਾਂ ਨੇ ਉਹ ਅਰਜ਼ ਕੀਤੀ। ਦਰਸ਼ਨ ਸਾਹਿਬਾ ਤੇਰਾ ਜੀ ਮੈਂ, ਦਰਸ਼ਨ ਸਤਿਗੁਰ ਤੇਰਾ ਜੀ ਮੈਂ, ਦਰਸ਼ਨ ਦੇਖ ਜੀ ਮਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪਰ ਮੇਰਾ। ਗੁਰੂ ਜੀ ਨੂੰ ਅਰਜ਼ ਕੀਤੀ ਸਿੱਖਾਂ ਨੇ, ਗੁਰੂ ਜੀ ਨੇ ਜਵਾਬ ਦਿੱਤਾ, ਫੈਸਲਾ ਦਿੱਤਾ, ਸਤਿਗੁਰੂ ਨੂੰ ਸਭ ਕੁਝ ਦੇਖਦਾ, ਤਮਾਮ ਦੁਨੀਆ ਸ਼ਰਧਾ ਦੇ ਨਾਲ ਗੁਰੂ ਜੀ ਦੇ ਦਰਸ਼ਨ ਕਰਦੇ ਨੇ, ਸਤਿਗੁਰੂ ਨੂੰ ਸਭ ਕੁਝ ਦੇਖਦਾ, ਜਿੱਤਾ ਸਗਲ ਸੰਸਾਰ, ਡਿੱਠੇ ਮੁਕਤ ਨਾ ਹੋਵੀ, ਜਿਸ ਸ਼ਬਦ ਨਾ ਕਰੇ ਵਿਚਾਰ। ਮੁਕਤੀ ਗੁਰਸ਼ਬਦ ਨੇ ਦੇਣੀ ਹੈ, ਗੁਰਸ਼ਬਦ ਗੁਰੂ ਨੇ ਦੇਣਾ ਹੈ। ਗੁਰੂ ਪਰਮੇਸ਼ਰ ਇੱਕ ਹੋਏ ਤੋਂ ਬਿਨਾਂ ਇਹਦਾ ਅਗਲਾ ਰਸਤਾ ਸਾਫ਼ ਨਹੀਂ ਹੁੰਦਾ। ਇਹ ਦਰਜੇ ਸਿੱਖ ਤਿੰਨ ਕਿਸਮ ਦੇ ਹਨ, ਇੱਕ ਸਿੱਖ, ਇੱਕ ਸ਼ਰਧਾਲੂ ਸਿੱਖ, ਤੀਸਰਾ ਮਰਜ਼ੀ ਵਾਲਾ ਸਿੱਖ। ਇਹ ਤਿੰਨ ਦਰਜੇ ਸਿੱਖ ਦੇ ਹਨ। ਸਿੱਖੀ ਧਾਰਨ ਕਰ ਲਈ, ਗੁਰੂ ਤੋਂ ਉਪਦੇਸ਼ ਲੈ ਲਿਆ, ਅਸੀਂ ਅੰਮ੍ਰਿਤ ਛਕ ਲਿਆ ਔਰ ਨਿਤਨੇਮ ਕਰਨ ਲੱਗ ਗਏ, ਜਿਤਨਾ ਵੀ ਹੁੰਦਾ ਕਰੀ ਜਾਂਦੇ ਹਾਂ, ਉਹਨੂੰ ਸਿੱਖ ਕਹਿੰਦੇ ਨੇ। ਆਪਦੇ ਸਾਰੇ ਜੋ ਛੁੱਟੇ ਸਾਧਨ ਗੁਰੂ ਜੀ ਨੇ ਦੱਸ ਦਿੱਤੇ, ਉਹਨਾਂ ਦੇ ਦਾਇਰੇ 'ਚ ਉਹਨਾਂ ਨੂੰ ਆਪਦੇ ਚਾਰ ਸਪੇਰੇ ਰੱਖ ਕੇ, ਜਿਵੇਂ ਕੋਈ ਕਿਲਾ ਹੁੰਦਾ ਹੈ, ਉਹਨਾਂ ਅਸੂਲਾਂ ਦੇ ਅੰਦਰ ਰਹਿ ਕੇ ਆਪਦਾ ਜੀਵਨ ਬਤੀਤ ਕਰਨਾ, ਉਹ ਗੁਰਸਿੱਖ ਬਣ ਕੇ ਗੁਰਸ਼ਬਦ ਦੀ ਕਮਾਈ ਕਰਨੀ, ਨਿਤਨੇਮ ਕਰਨਾ, ਪਰਉਪਕਾਰ ਕਰਨੇ, ਪੁੰਨਦਾਨ ਇਸ਼ਨਾਨ ਕਰਨਾ, ਉਹਨੂੰ ਸਿੱਖ ਕਹਿੰਦੇ ਨੇ। ਆਪਦੀ ਸਿੱਖੀ ਦੀ ਸਟੇਜ ਤੋਂ ਇੱਧਰ ਉੱਧਰ ਨਹੀਂ ਜਾਣਾ,
ਦੂਸਰਾ ਗੁਰਸਿੱਖ ਹੈ ਸ਼ਰਧਾਲੂ ਸਿੱਖ, ਜਿਹੜਾ ਗੁਰੂ 'ਤੇ ਸ਼ਰਧਾ ਰੱਖਦਾ, ਪੂਰਨ ਸ਼ਰਧਾ ਰੱਖਦਾ ਜਿਹੜਾ, ਉਹ ਗੁਰਸਿੱਖ ਸ਼ਰਧਾਲੂ ਸਿੱਖ ਮੰਨਿਆ ਜਾਂਦਾ ਹੈ। ਤੀਸਰਾ ਗੁਰਸਿੱਖ ਹੈ ਮਰਜ਼ੀ ਵਾਲਾ, ਜਿਹਨੇ ਤਨ ਮਨ ਧਨ ਸਭ ਗੁਰੂ ਨੂੰ ਦੇ ਦਿੱਤਾ। ਜੇ ਕੋ ਸਿੱਖ ਗੁਰੂ ਛੇਤੀ ਸਨਮੁੱਖ ਹੋਵੇ, ਹੋਵੇ ਤਾਂ ਸਨਮੁੱਖ ਸਿੱਖ ਕੋਈ, ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਵਸਾਏ, ਅੰਤਰ ਆਤਮੇ ਸੰਭਾਲੇ। ਗੁਰੂ ਤੋਂ ਬਿਨਾਂ ਹੋਰ ਕਿਸੇ ਵੀ ਥਾਂ 'ਤੇ ਖਿਆਲ ਉਹਦਾ ਟਿਕੇ ਨਾ, ਗੁਰੂ ਚਰਨਾਂ ਦੇ ਨਾਲ ਹੀ ਉਹਦਾ ਖਿਆਲ ਬਣਿਆ ਰਹੇ, ਹਿਰਦੇ ਦੇ ਵਿੱਚ ਗੁਰੂ ਚਰਨ, ਗੁਰਸ਼ਬਦ ਆਪ ਛੱਡ ਰਿਹਾ ਹਰ ਪਰਨੇ, ਗੁਰਬਿਨ ਅਬਰ ਨਾ ਜਾਣਾ ਕੋਈ, ਗੁਰੂ ਤੋਂ ਬਿਨਾਂ ਕੋਈ ਪਰਮੇਸ਼ਰ ਹੀ ਨਹੀਂ ਹੋਰ, ਐਂ ਮੰਨੇ ਉਸਨੂੰ, ਆਪਦਾ ਸਾਰੀ ਮਤ ਛੱਡ ਕੇ ਗੁਰੂ ਦੇ ਪ੍ਰੇਰਨ ਐਂ ਹੋ ਜਾਵੇ। ਜੇ ਬੱਚਾ ਜਦ ਥੋੜ੍ਹੇ ਦਿਨਾਂ ਦਾ ਹੁੰਦਾ, ਉਹਨੂੰ ਆਪਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ, ਨਾ ਉਹਦਾ ਕੋਈ ਆਸਰਾ ਹੁੰਦਾ, ਨਾ ਉਹਨੂੰ ਕੋਈ ਯਾਦ ਆਉਂਦਾ ਮੇਰੀ ਮਾਂ ਚੱਕਦੀ ਹੈ ਜਾਂ ਮੇਰਾ ਪਿਓ ਚੱਕਦਾ ਹੈ, ਸਾਰੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ, ਉਹਨੂੰ ਕੋਈ ਪਤਾ ਨਹੀਂ ਮੈਨੂੰ ਕੌਣ ਸਮਝਦਾ। ਇਹ ਅਵਸਥਾ ਮਰਜ਼ੀ ਬੜੇ ਗੁਰਸਿੱਖ ਦੀ ਹੁੰਦੀ ਹੈ। ਮਰਜ਼ੀ ਬੜੇ ਗੁਰਸਿੱਖ ਦੇ ਵਿੱਚ ਅਤੇ ਗੁਰੂ ਦੇ ਵਿੱਚ ਅਭੇਦਤਾਈ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਕੋਈ ਜਦ ਸਾਰਾ ਕੁਛ ਗੁਰੂ ਨੂੰ ਦੇ ਦਿੱਤਾ, ਉਹਦਾ ਗੁਰੂ ਜ਼ਿੰਮੇਵਾਰ ਬਣ ਗਿਆ। ਉਹਨੂੰ ਮਰੀਦੇ ਫਜ਼ਾਈ ਕਹਿੰਦੇ ਨੇ, ਇੱਕ ਹੁੰਦਾ ਮਰੀਦ ਸਿੱਖ, ਇੱਕ ਹੁੰਦਾ ਸਾਧਕ ਮਰੀਦ ਸ਼ਰਧਾਲੂ ਸੇਵਕ, ਇੱਕ ਹੁੰਦਾ ਮਰੀਦੇ ਫਿਦਾਈ। ਫਿਦਾਈ ਦੇ ਅਰਥ ਨੇਗੇ ਜਿਹੜੇ ਸਭ ਕੁਛ ਹੈ ਗੁਰੂ ਦਾ ਹੈ, ਆਪਦਾ ਨਹੀਂ ਹੈ। ਇਹ ਤਿੰਨ ਦਰਜੇ ਗੁਰਸਿੱਖਾਂ ਦੇ ਨੇ। ਪ੍ਰਭੂ ਪ੍ਰਾਪਤੀ ਮਰਜ਼ੀ ਬੜੇ ਸਿੱਖ ਵਾਸਤੇ, ਦੂਜੇ ਜੇ ਵਿਚਾਲੇ ਨੇ। ਕਰਮ ਧਰਮ ਪਖੰਡ ਜੋ ਦਿਸੈ, ਤਿੰਨ ਜਮਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੇ ਕਰਤੇ ਕਾ, ਨਿਮਕ ਜੀ ਸਿਮਰਤੀ ਜਿਤ ਸੁੱਤਾ। ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਘੁਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਗੁਰੂ ਜੀ ਸਾਨੂੰ ਉਹਨਾਂ ਕਰਮਾਂ ਤੋਂ ਹਟਾ ਕੇ ਉਹਨਾਂ ਕਰਮਾਂ 'ਤੇ ਪੂਰਨ ਵਿਸ਼ਵਾਸ ਰੱਖਣਾ ਉਹਨਾਂ ਦੀ ਬੁੱਕਤ ਦੱਸਦੇ ਨੇ। ਛੋਟੇ ਛੋਟੇ ਧਰਮ ਦੇ ਕਰਮ, ਟੋਬੇ ਲਵਾਉਣੇ, ਕੂਈਆਂ ਲਵਾਉਣੀਆਂ, ਸੜਕਾਂ ਸਾਫ਼ ਕਰਾਉਣੀਆਂ, ਤਲਾਅ ਲਵਾਉਣੇ, ਉਹ ਲੋਕਾਂ ਨੂੰ ਲੀੜਾ ਕੱਪੜਾ ਦਾਨ ਕਰਨਾ, ਜੱਗ ਆਦਿ ਕਰਨੇ, ਇਹ ਧਰਮ ਦੇ ਕਰਮ ਨੇ ਸਾਰੇ। ਜਿਹੜੇ ਇਹਨਾਂ 'ਤੇ ਵਿਸ਼ਵਾਸ ਰੱਖਦੇ ਨੇ, ਗੁਰੂ ਜੀ ਕਹਿਣਗੇ ਉਹ ਦਰਗਾਹ ਤੱਕ ਖਾਲੀ ਹੋ ਜਾਂਦੇ ਨੇ, ਖਾਲੀ ਜਾਂਦੇ ਨੇ ਇਹ ਕਰਮਾਂ ਵਾਲੇ। ਕਿਉਂ ਜਾਂਦੇ ਨੇ ਖਾਲੀ? ਰਹਿਤੇ ਵਿੱਚ ਜਗਾਤੀਆ ਬੈਠਾ, ਜਿਵੇਂ ਚੁੰਗੀ ਵਾਲੇ ਜਗਾਤੀਆ ਬੈਠੇ ਹੁੰਦੇ ਨੇ ਸ਼ਹਿਰ ਤੋਂ ਬਾਹਰ, ਉਹ ਚੁੰਗੀ ਲੈਂਦੇ ਹੁੰਦੇ ਨੇ, ਦੇ ਕੀ ਦਿਨਾਂ ਵੀ ਫਿਰ ਲੰਘਣ ਦੇਵਾਂਗੇ। ਉਹ ਜਗਾਤੀਆ ਇਹਦੇ ਸਾਰੇ ਕਰਮਾਂ ਨੂੰ ਉੱਥੇ ਲੈ ਲੈਂਦਾ, ਕੋਈ ਇੰਨੀ ਇਹਨਾਂ ਦੀ ਬੁਕਤ ਨਹੀਂ ਹੈ। ਇਹ ਪੁੰਨ ਕਰਮਾਂ ਦੇ ਨਾਲ ਦਰਗਾਹ 'ਚ ਨਹੀਂ ਜਾਂਦਾ, ਖਾਲੀ ਹੋ ਕੇ ਜਾਂਦਾ। ਖਾਲੀ ਨੂੰ ਤਾਂ ਫਿਰ ਮਿਲਣਾ ਕੀ ਹੈ? ਗੁਰੂ ਜੀ ਕਹਿਣਗੇ ਇਹਨਾਂ 'ਤੇ ਵਿਸ਼ਵਾਸ ਛੱਡ ਕੇ ਕਰੋ ਜ਼ਰੂਰ, ਪਰ ਇਦੋਂ ਉੱਚਾ ਕਰਮ ਨਾਲ ਕਰੋ ਜਿਹੜਾ ਨਾਲ ਜਾਵੇ ਸਾਡੇ। ਉਹ ਕਿਹੜਾ? ਸੰਤਾਂ ਦਾ ਬਚਨ ਘੁਮਾਓ। ਗੁਰੂ ਜੀ ਕਹਿੰਦੇ ਸੰਤਾਂ ਦਾ ਬਚਨ ਕੀ ਹੁੰਦਾ ਹੈ? ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸੰਤਾਂ ਨੇ ਬਚਨ ਕਰਨੇ, ਭਾਈ ਤੂੰ ਨਾਮ ਜਪ ਲਾ, ਆਹ ਕਰਮ ਛੱਡ ਦੇ, ਇਹਦੇ 'ਤੇ ਵਿਸ਼ਵਾਸ ਕਰ ਲਾ, ਉਹ ਇਹ ਭੱਲੇ ਬਣ ਲਵੇ। ਰੇ ਰੇ ਦਰਗੇ ਕਹੇ ਨਾ ਕਹੂ, ਆਉ ਬੈਠ ਆਦਰ ਸਭ ਦੇਊ। ਜਗਾਤੀਏ ਤਾਂ ਕੀ ਨੇੜੇ ਲੱਗੂਗਾ, ਉਹ ਤਾਂ ਧਰਮ ਰਾਜਾ ਵੀ ਨਮਸਕਾਰ ਕਰੂ, ਜਾਂਦੇ ਨੂੰ ਸੇਵਾ ਕਰੂਗਾ। ਜਿਹੜੇ ਸੰਤਾਂ ਦਾ ਬਚਨ ਮੰਨੂ, ਉਹਦੀ ਧਰਮ ਰਾਜਾ ਸੇਵਾ ਕਰੂ। ਜਗਾਤੀਆ ਤਾਂ ਉਹਦੇ ਵੱਲ ਕੀ ਚੱਕੂ, ਚੁੰਗੀ ਵਾਲਾ ਕੀ ਗੱਡਾ ਘੇਰ ਸਕਦਾ, ਸਰਕਾਰੀ ਕੋਲ ਗੱਡੀ ਦਾ ਕੀ ਘੇਰੇਗਾ। ਇਹ ਸਰਕਾਰੀ ਹਿਰਦਾ ਬਣ ਜਾਂਦਾ ਜਿਹਦੇ 'ਚ ਪਰਮੇਸ਼ਰ ਦਾ ਨਾਮ ਸੰਤਾਂ ਦੀ ਕਿਰਪਾ ਨਾਲ ਹਿਰਦੇ 'ਚ ਵੱਸ ਜਾਵੇ, ਤਾਂ ਗੁਰੂ ਦੀ ਕਿਰਪਾ ਹੁੰਦੀ ਆ ਉਹਦੇ 'ਚ। ਗੁਰੂ ਜੀ ਤਦੇ ਕਹਿੰਦੇ ਨੇ ਭਾਈ ਪਰਮੇਸ਼ਰ ਦਾ ਨਾਮ ਜਪੋ, ਇਹਦੇ ਨਾਲ ਛੁਟਕਾਰਾ ਹੈ। ਪੈਰਾਂ ਦੀ ਰਸਨਾ ਤੋਂ ਨਾਮ ਦੀ ਥਿਉਰੀ ਚੱਲ ਪਵੇ, ਮੂਹਰੇ ਹਿਰਦਾ ਸ਼ਰਧਾ ਵਾਲਾ ਹੋਵੇ। ਜਿਵੇਂ ਜ਼ਰਖੇ ਜ਼ਮੀਨ ਦੇ ਵਿੱਚ
ਕੋਈ ਲਾਇਕ ਜ਼ਿਮੀਂਦਾਰ ਬੀਜ ਪਾ ਦੇਵੇ ਤਾਂ ਫਸਲ ਦੁੱਗਣੀ ਚਾੜ ਦਿੰਦੀ ਹੈ। ਸ਼ਰਧਾਲੂ ਹਿਰਦਾ ਉਪਦੇਸ਼ ਪਰਮੇਸ਼ਰ ਦੇ ਨਾਮ ਨਾਲ ਮਨ ਹਾਲੀ ਕੁਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਇਹ ਪਰਮੇਸ਼ਰ ਦਾ ਨਾਮ ਪ੍ਰਾਪਤ ਕਰਕੇ ਨਾਲ ਦੀ ਨਾਲ ਨਿਮਰਤਾ ਸੰਤੋਖ ਦਾ ਸੁਹਾਗਾ ਵੀ ਜਾਨਵਰ ਦਾਣੇ ਨਾਲ ਚੁੱਕ ਜਾਣ, ਨਿਮਰਤਾ ਦੀ ਵਾੜ ਕੀਤੀ ਜਾਂਦੀ ਹੈ, ਪ੍ਰੇਮ ਦੇ ਖੁਰਪਿਆਂ ਦੇ ਨਾਲ ਔਗੁਣਾਂ ਨੂੰ ਬਾਹਰ ਕੱਢਿਆ ਜਾਂਦਾ ਹੈ, ਗੁਣਾਂ ਰੂਪੀ ਖਾਦ ਪਾਈ ਜਾਂਦੀ ਹੈ। ਪਰਮੇਸ਼ਰ ਦਾ ਨਾਮ ਇਸ ਤਰ੍ਹਾਂ ਹਿਰਦੇ ਦੇ ਵਿੱਚ ਫਿਰ ਜਗਾਸੂ ਦੇ ਵੱਧਦਾ ਫੁੱਲਦਾ, ਉਹਦਾ ਜੀਵਨ ਬਦਲਦਾ ਤੁਰਿਆ ਜਾਂਦਾ ਹੁੰਦਾ ਹੈ। ਇਤਨਾ ਕੁਛ ਗਿਣਦੇ ਨੇ ਗੁਰੂ ਜੀ, ਸੰਤਾਂ ਦੀ ਸੰਗਤ ਦਿਲੋਂ ਕਰਨ ਵਾਲੇ ਨੂੰ ਕੀ ਕੁਛ ਮਿਲਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਮਾਣ ਕਰਦੇ ਨੇ, ਸਾਧਕਾ ਸੰਗ ਸਭ ਕੁਲ ਉਧਾਰ, ਕੁਲਾਂ ਨੂੰ ਧਾਰਦਾ। ਕਿਹੜਾ ਤਰੀਕਾ ਸੰਤਾਂ ਦਾ ਬਚਨ ਮੰਨਣ ਵਾਲੇ ਦਾ? ਸਾਧਕਾ ਸੰਗ ਸਭ ਕੁਲ ਉਧਾਰ ਹੈ, ਸਾਧਕਾ ਸੰਗ ਸਾਜਣ ਮੀਤ ਕੁਟੰਬ ਨਿਸਤਾਰ ਹੈ। ਜਿਹੜਾ ਸੰਤਾਂ ਦਾ ਬਚਨ ਮੰਨਦਾ ਹੈ ਉਹਦੇ ਸੱਜਣਾ ਮਿੱਤਰਾਂ ਨੂੰ ਵੀ ਲਾਭ ਹੁੰਦਾ, ਤਰਦੇ ਨੇ, ਔਰ ਉਹਦੇ ਕੋੜਵੇਂ ਕਬੀਲੇ ਵੀ ਤਰਦੇ ਨੇ। ਸਾਜਣ ਮੀਤ ਕੁਟੰਬ ਨਿਸਤਾਰ ਹੈ। ਸਾਧੂ ਕਾ ਸੰਗ ਸੋ ਧਨ ਪਾਵੇ, ਜਿਸ ਧਨ ਤੇ ਸਭ ਕੋ ਵਰਸਾਵੇ। ਆਪ ਸੰਤ ਬਣ ਜਾਂਦਾ ਸੰਤਾਂ ਦਾ ਬਚਨ ਮੰਨਣ ਵਾਲਾ, ਦੁਨੀਆਂ ਨੂੰ ਨਾਮ ਦਾ ਖਜ਼ਾਨਾ ਵੰਡ ਵੰਡ ਕੇ ਸਭ ਨੂੰ ਮਾਲੋ ਮਾਲ ਕਰ ਦਿੰਦਾ, ਹੋਰਾਂ ਦੀਆਂ ਵੀ ਕੁਲਾਂ ਤਾਰ ਦਿੰਦਾ। ਸੰਤਾਂ ਦੀ ਸੰਗਤ ਦਾ ਫਲ ਦੱਸਦੇ ਨਾ ਗੁਰੂ ਜੀ।